ਆ ਜੁਗਨੂ ਨੂੰ ਵੱਟੋ ਵੱਟ ਤਾਂ ਮੈਂ ਭਜਾਊ। ਜੁਗਨੂ ਆ ਤੈਨੂੰ ਕਹਿ ਕੇ ਚੱਲਿਆ, ਮੋਛਾਂ ਨੂੰ ਵੱਟ ਦੇ ਕੇ ਚੱਲਿਆ, ਲਾਲ ਆ ਜ਼ੋਰ ਜਿੱਥੇ ਲੱਗਦਾ ਤੇਰਾ, ਸਰਕਾਰ ਤੇਰੀ, ਪ੍ਰਸ਼ਾਸਨ ਤੇਰਾ। ਮਗਰ ਯਾਦ ਰੱਖੀ, ਜਿਸ ਦਿਨ ਮਜੀਠੇ ਨੇ ਧੱਕਿਆ ਨਾ, ਫਿਰ ਲੱਭਿਆ ਤੇ ਵੀ ਨੀ ਲੱਭਣਾ ਤੂੰ। ਇਹ ਕਹਿੰਦਾ ਮਜੀਠੀਏ ਨੂੰ ਕਿ ਤੇਰੇ ਤੇ ਪਰਚਾ ਦਊ। ਉਹ ਭਗਵੰਤਾ ਮੇਰੀ ਗੱਲ ਸੁਣ ਲਾ ਟਕਾ ਕੇ, ਮੈਂ 6 ਮਹੀਨੇ ਪਹਿਲਾਂ ਅੰਦਰ ਲਾ ਕੇ ਆਇਆ, ਔਰ ਇਹ ਸ਼ਹੀਦਾਂ ਦੀ ਧਰਤੀ ਹੈ, ਇਹ ਜੋਰਾਵਰਾਂ ਦੀ ਧਰਤੀ ਹੈ। ਯਾਰ ਤੈਨੂੰ ਚੈਲੰਜ ਦੇ ਕੇ ਚੱਲਿਆ, ਪੁੱਠੀ ਗਿਣਤੀ ਤੇਰੀ ਸ਼ੁਰੂ ਆ। ਜਿਹੜਾ ਮਜੀਠੀਏ ਤੇ ਪਰਚਾ ਦੇਣਾ ਦੇ ਦੀ, ਜਿਸ ਦਿਨ ਮਜੀਠੇ ਦਾ ਹੱਥ ਤੇਰੀ ਗੀਚੀ ਨੂੰ ਪੈ ਗਿਆ ਨਾ, ਉਹ ਚੀਕਾਂ ਕਢਾਉਂ ਤੇਰੀਆਂ, ਉਹ ਚੀਕਾਂ। ਮੈਂ ਇੱਕ ਟਵੀਟ ਕੀਤੀ ਆ, ਵਿੱਚ ਭਗਵੰਤ ਮਾਨ ਦੀ ਫੋਟੋ ਤੇ ਇੱਕ ਪਾਸੇ ਬਲਕਾਰ ਸਿੰਘ ਦੀ ਤੇ ਦੂਜੇ ਪਾਸੇ ਕਟਾਰੂ ਚੱਕ ਦੀ, ਤੇ ਥੱਲੇ ਮੈਂ 4 ਲਾਈਨਾਂ ਲਿਖੀਆਂ ਨੇ ਕਿ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ। ਮੇਰਾ ਉਸ ਬੰਦੇ ਨਾਲ ਕੋਈ ਲਿਹਾਜ ਨਹੀਂ। ਜੇ ਇਸ ਕੈਬਨਿਟ ਦੇ ਵਜ਼ੀਰ ਕਟਾਰੂ ਚੱਕ ਤੇ ਬਲਕਾਰ ਸਿੰਘ ਵਰਗੇ ਹੋਣ, ਮੇਰਾ ਉਸ ਬੰਦੇ ਨਾਲ ਕੋਈ ਲਿਹਾਜ ਨਹੀਂ। ਜਿੱਥੇ ਲਾਲਜੀਤ ਭੁੱਲਰ ਵਰਗੇ ਰਾਮਗੜੀਆ ਭਾਈਚਾਰੇ ਤੇ ਸੁਨਿਆਰੇ ਭਾਈਚਾਰੇ ਨੂੰ ਗਾਲਾਂ ਕੱਢਣ, ਮੇਰਾ ਉਸ ਕੈਬਨਿਟ ਨਾਲ, ਉਸ ਸਰਕਾਰ ਨਾਲ ਕੋਈ ਲਿਹਾਜ ਨਹੀਂ। ਜਿੱਥੇ ਸਿੱਧੂ ਮੂਸੇ ਵਾਲੇ ਦਾ ਕਤਲ ਦਾ ਅੱਜ ਤੱਕ ਇਨਸਾਫ ਨਾ ਮਿਲਿਆ ਹੋਵੇ, ਜਿੱਥੇ ਨੰਗਲ ਅੰਬੀਆਂ ਵਰਗਿਆਂ ਦਾ ਕਤਲ ਹੋ ਜਾਏ, ਉਹਨਾਂ ਦੀਆਂ ਸਿਕਿਉਰਟੀਆਂ ਘਟਾਤੀਆਂ ਜਾਣ, ਤੇ ਇਹ ਜਿਹਨਾਂ ਨੂੰ ਆਪਦਿਆਂ ਤੋਂ ਨੀ ਖਤਰਾ, ਉਹਨਾਂ ਨੂੰ ਹਜ਼ਾਰ ਹਜ਼ਾਰ ਗੰਨਮੈਨ ਲਈ ਫਿਰਦੇ ਆ। ਬਾਦਲ ਸਾਹਿਬ, ਗੁਰੂ ਕਿਰਪਾ ਕਰੇ ਕਿ ਇਹ ਮੌਕਾ ਸਰਕਾਰ ਬਣਾਉਣ ਦਾ ਤੁਹਾਨੂੰ ਦੇਣ ਲੋਕ। ਅੱਜ ਮੈਂ ਅਪੀਲ ਕਰਦਾ, ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਵਿਡਰਾ ਕਰਨ ਵਾਲੇ, ਉਹਦੀ ਖਬਰ ਜਨਤਕ ਕਰਨ ਵਾਲੇ, ਸੰਦੀਪ ਨੰਗਲ ਅਲੀਆਂ ਲੰਬੀਆਂ ਨੂੰ ਮਰਵਾਉਣ ਵਾਲੇ, ਭਗਵੰਤ ਮਾਨ ਤੇ ਪਹਿਲਾ ਪਰਚਾ ਇਹ ਤੁਸੀਂ ਦਿਓਗੇ, ਔਰ ਜੇ ਸਹਿਮਤ ਹੋ ਛੱਡੋ ਜਕਾਰਾ। ਇਹ ਲੜਾਈ ਆਰ ਪਾਰ ਦੀ ਹੋਊ। ਮੇਰੇ ਹਲਕੇ ਚ ਆਇਆ ਸੀ 3 ਦਿਨ ਪਹਿਲਾਂ, ਕਹਿੰਦਾ ਮਜੀਠੀ ਵਾਲਿਓ ਮਿੰਤ ਮਜੀਠੀ ਵਾਲਿਆਂ ਨੇ ਤਾਂ ਮਿੰਤ ਕਰਨ ਲਾ ਦਿੱਤਾ ਹੁਣ, ਕਹਿੰਦਾ ਦਰਖਤ ਵੀ ਪੱਤੇ ਬਦਲਦੀ ਹੈ, ਤੁਸੀਂ ਵੀ ਬਦਲੋ। ਤੇ ਮੈਂ ਕੱਲ ਗਿਆ ਉੱਥੇ, ਉਹ ਮੈਂ ਕਿਹਾ ਚੰਡਿਆ, ਲੋਕੀ ਖਾਧੀ ਪੀਤੀ ਚ ਤਾਂ ਨਿਆਣਾ ਨੀ ਕਿਸੇ ਨੂੰ ਪੜਾਉਂਦੇ, ਤੂੰ ਕਹਿੰਦਾ ਮਜੀਠਾ ਫੜਾ ਦਿਓ ਤੈਨੂੰ। ਮੇਰੇ ਵੀਰੋ, ਮੈਂ ਪੁਲਿਸ ਵਾਲੇ ਵੀਰਾਂ ਨੂੰ ਕਹਿੰਦਾ ਕਿ ਇਹ ਵਰਦੀ ਸਦਾ ਰਹਿਣੀ ਹੈ, ਇਹ ਵਰਦੀ ਕਿਸੇ ਸਰਕਾਰ ਦੀ ਨਹੀਂ, ਇਹ ਵਰਦੀ ਇਹਨਾਂ ਲੋਕਾਂ ਦੀ ਹੈ। ਤੇ ਜੇ ਮੋਟਰਸਾਈਕਲ ਚਲਾਉਂਦੇ ਹਨ, ਕਿਸੇ ਨੇ ਪੈਗ ਲਾਏ, ਉਹਨੂੰ ਫੜ ਕੇ ਅੰਦਰ ਦੇ ਦਿੰਦੇ ਹੋ, ਇੱਥੇ ਪੰਜਾਬ ਚਲਾਉਣ ਨੂੰ ਫਿਰਦਾ, ਇਹਨੂੰ ਕਦੋਂ ਜੁਗਨੂ ਨੂੰ ਫੜ ਕੇ ਅੰਦਰ ਦੇਣਾ ਜੀ। ਭੁੰਦੜ ਸਾਹਿਬ ਵੇਖੋ ਕੀ ਕਹਿੰਦਾ ਜੁਗਨੂ, ਕਹਿੰਦਾ ਸਾਡੀ ਰੱਬ ਨੇ ਡਿਊਟੀ ਲਾਈ ਆ ਬਾਦਲਾਂ ਨੂੰ ਇੱਥੋਂ ਢੋਣ ਦੀ। ਮੈਂ ਆਹੋ ਮਾਲਕ ਨੂੰ, ਕਿਸੇ ਗੁਰਸਿੱਖ ਨੂੰ ਤਾਂ ਫੋਨ ਕੀਤਾ ਨੀ, ਨਿਤ ਦੇ ਸ਼ਰਾਬੀ ਨੂੰ ਫੋਨ ਕਰਨਾ ਸੀ ਮਾਲਕ ਨੇ, ਤੇ ਮੈਂ ਤੇਰਾ ਤੈਨੂੰ ਆਪ ਦੇ ਨੀ ਫੋਨ ਕਰਦੇ ਕਿ ਇਹਦੀ ਖਾਧੀ ਪੀਤੀ ਹੋਣੀ, ਇਸ ਵੇਲੇ ਨਾ ਕਰਿਓ ਕਿਸੇ ਫੇਰ ਕਰਾਂਗੇ। ਵੇਖੋ ਇਹਨੂੰ ਕਰਨੀ ਸੀ ਫੋਨ। ਦੂਜਾ ਕਹਿੰਦਾ ਬਾਦਲ ਪਰਿਵਾਰ ਨੂੰ ਹਰਾ ਕੇ ਇਮਾਨਦਾਰ ਬੰਦੇ ਜਿਤਾਓ, ਔਰ ਅੱਜ ਇਹਨਾਂ ਦੀ ਸ਼ਰਾਰਤ ਫੜੀ ਗਈ। ਆ ਇੱਕ ਫੋਟੋ ਕਿ ਸਟਾਰ ਪ੍ਰਚਾਰਕ ਚ ਵੋਟਾਂ ਮੰਗਣ ਵਾਸਤੇ 7 ਨੰਬਰ ਤੇ ਸਿੰਗਲਾ ਤੇ 9ਵੇਂ ਨੰਬਰ ਤੇ ਕੋਟ ਪੱਤਾ,
ਤੇ ਪਹਿਲੇ ਨੰਬਰ ਤੇ ਕੌਣ? ਅਰਵਿੰਦ ਕੇਜਰੀਵਾਲ, ਜਿਹੜਾ ਪੌਣੇ 400 ਕਰੋੜ ਦੇ ਘਪਲੇ 'ਚ ਅੰਦਰ ਹੈ। ਫਿਰ ਕਹਿੰਦੇ ਸਾਡੀ ਇਮਾਨਦਾਰ, ਭਾਈ ਤੁਹਾਡੇ ਵਰਗੇ ਇਮਾਨਦਾਰ ਹੋ ਗਏ, ਮੈਨੂੰ ਲੱਗਦਾ ਚੋਰਾਂ ਨੂੰ ਤਾਂ ਕੰਮ ਹੀ ਨਹੀਂ ਕੋਈ ਮਿਲਣਾ। ਮੈਂ ਹੱਥ ਦੀ ਸਫਾਈ ਤਾਂ ਫਿਰ ਤੁਹਾਡੀ ਹੋ ਗਈ, ਖਾ ਪੀ ਕੇ ਫਿਰ ਸਾਡੇ ਤੋਂ ਇਮਾਨਦਾਰ ਕੋਈ ਨਹੀਂ। ਇਸ਼ਤਿਹਾਰ ਲਾਉਂਦੇ ਆ ਲੋਕ ਕਹਿਣ ਤੇ ਮੈਂ ਸਮਝ ਸਕਦਾ, ਇਸ਼ਤਿਹਾਰ ਲਾਏ ਨਾਲ ਕੋਈ ਇਮਾਨਦਾਰ ਨਹੀਂ ਬਣਦਾ। ਕੁੜੀਆ ਸਾਹਿਬ ਨੇ ਕਹੋ ਕੋਈ ਜ਼ਮੀਰ ਜਾਗਦੀ ਹੈ ਭਾਈ ਤੇਰੀ? ਆ ਇੱਥੋਂ ਵਾਲੇ MLA ਦੀ ਇਹ ਦਸਤਾਰ ਕਿਹਦੀ ਬਖਸ਼ਿਸ਼ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਤੁਹਾਨੂੰ ਨਹੀਂ ਗਰਮੀ ਲੱਗਦੀ? ਸਭ ਨੂੰ ਲੱਗਦੀ ਹੈ। ਮਗਰ ਬੇਸ਼ਰਮੀ ਵੇਖੋ, ਪਾਣੀ ਦੀ ਬੋਤਲ ਪਹਿਲਾਂ ਮੂੰਹ ਨੂੰ ਲਾਈ ਔਰ ਫਿਰ ਉਹ ਜੂਠਾ ਪਾਣੀ ਸਿਰ 'ਚ ਪਾ ਤਾ। ਕੀ ਇਹ ਦਸਤਾਰ ਦਾ ਸਤਿਕਾਰ? ਮੇਰੇ ਵੀਰੋ, ਦੂਜੀ ਵੀਡੀਓ ਜਿਹੜੀ ਵਾਇਰਲ ਹੁੰਦੀ ਆ, ਵਾਲੀਬਾਲ ਖੇਡਦਿਆਂ ਦਸਤਾਰ ਇੰਜ ਸੁੱਟ ਗਈ ਜਿਵੇਂ ਸਿਰ 'ਚ ਟੋਪੀ ਪਾਈ ਹੁੰਦੀ ਆ। ਔਰ ਮੇਰੇ ਵੀਰੋ, ਮਾਂ ਰੱਬ ਰੂਪੀ ਹੁੰਦੀ ਆ, ਕਹਿੰਦਾ ਜਿਹੜਾ ਮਾਂ ਦਾ ਨਹੀਂ ਉਹ ਕਿਸੇ ਦਾ ਵੀ ਨਹੀਂ। ਇਹਨੇ ਆਪਦੇ ਮਾਂ ਦੀ ਸਹੁੰ ਖਾਧੀ ਸੀ ਕਿ ਨਹੀਂ ਖਾਧੀ? ਜੁਗਨੂ ਨੇ ਕਿ ਮੈਂ ਸ਼ਰਾਬ ਨਹੀਂ ਪੀਊਂਗਾ। ਔਰ ਅੱਜ ਤੁਸੀਂ ਦੱਸ ਦਿਓ ਸ਼ਰਾਬ ਪੀਂਦਾ ਕਿ ਨਹੀਂ ਪੀਂਦਾ? ਜਿਹੜਾ ਆਪਦੀ ਬੇਟੀ ਦਾ ਨਹੀਂ ਨਾ ਬਣਿਆ, ਸੀਰਤ ਕੌਰ ਦੀ ਵੀਡੀਓ ਵੇਖੀ ਆ ਉਹਦੀ ਬੇਟੀ ਦੀ, ਲਾਈਵ ਹੋ ਕੇ ਕੀ ਕਹਿੰਦੀ? ਕਹਿੰਦੀ ਮੈਨੂੰ ਸ਼ਰਮ ਆਉਂਦੀ ਇਸ ਬੰਦੇ ਨੂੰ ਆਪਦਾ ਪਿਓ ਕਹਿੰਦਾ। ਕਹਿੰਦਾ ਮੈਂ ਇਹਨੂੰ ਆਪਦੇ ਬਾਪ ਕਹਿ ਕੇ ਨੌਂ ਲੈ ਕੇ ਨਹੀਂ ਬੋਲ ਸਕਦੀ, ਤਾਂ ਨੌਂ ਲੈ ਕੇ ਬੁਲਾਊਂਗੀ, ਬਾਪ ਕਹਿ ਕੇ ਨਹੀਂ ਬੁਲਾਊਂਗੀ। ਜਿਹੜਾ ਮਾਂ ਦਾ ਨਹੀਂ, ਜਿਹੜਾ ਬੇਟੀ ਦਾ ਨਹੀਂ, ਜਿਹੜਾ ਦਸਤਾਰ ਦਾ ਸਤਿਕਾਰ ਨਾ ਕਰੇ, ਜਿਹੜਾ ਸ਼ਰਾਬ ਪੀ ਕੇ ਗੁਰੂ ਘਰ ਜਾਵੇ, ਜਿਹੜਾ ਸ਼ਰਾਬ ਪੀ ਕੇ ਦਮਦਮਾ ਸਾਹਿਬ ਜਾਵੇ, ਸਾਧ ਸੰਗਤ ਜੀ ਨੂੰ ਸ਼ਰਾਬ ਪੀਤਿਆ ਤੋਂ ਕਿਸੇ ਮੁੱਖ ਮੰਤਰੀ ਦੀ ਅੱਜ ਤੱਕ ਖਬਰ ਸੁਣੀ ਕਿ ਬਾਹਰਲੇ ਦੇਸ਼ਾਂ 'ਚ ਗਿਆ ਸੀ, ਜਹਾਜ਼ ਨਹੀਂ ਚੜ੍ਹਨ ਦਿੱਤਾ ਕਿਉਂਕਿ ਪੈਗ ਵੱਧ ਲਾ ਲਏ? ਇਸ ਧਰਤੀ ਨੂੰ, ਸ਼ਹੀਦਾਂ ਦੀ ਧਰਤੀ ਨੂੰ ਏਡਾ ਸ਼ਰਮਸਾਰ ਕਰ ਰਿਹਾ, ਕਿ ਇਹ ਤੁਹਾਡਾ ਕੁਛ ਲੱਗਦਾ? ਕਿ ਇਹ ਜੇ ਬੰਦੇ ਨੂੰ ਕੋਈ ਅੱਜ ਹੱਕ ਹੈ ਇੱਥੇ ਸਰਕਾਰਾਂ 'ਚ ਰਹਿਣ ਦਾ? ਅੱਜ ਨੌਜਵਾਨਾਂ ਨੂੰ ਨੌਕਰੀ ਕੋਈ ਨਹੀਂ, ਮੁਲਾਜ਼ਮਾਂ ਦੇ ਪੱਤੇ ਨਹੀਂ ਮਿਲਦੇ, ਪੁਰਾਣੀ ਪੈਨਸ਼ਨ ਨਹੀਂ ਮਿਲਦੀ। ਇਹਨਾਂ ਪੁੱਛੋ ਮੇਰੇ ਵੀਰ ਨੂੰ, ਤੂੰ ਹੱਸ ਕੀ ਵਿਖਾ ਦੀ ਜੇ ਮੈਂ ਸੱਚ ਬੋਲ ਰਿਹਾ? ਹੱਸੇ ਤੇ ਕੋਈ ਚੋਣ ਪ੍ਰਚਾਰ 'ਚ ਯੋਗਦਾਨ ਨਹੀਂ। ਆ 22 ਪਿਛਲੇ ਮਹੀਨੇ 22 ਮਈ ਨੂੰ ਇਹਨਾਂ ਨੂੰ ਤਨਖਾਹਾਂ ਪਈ, ਇਹਨਾਂ ਮੁਲਾਜ਼ਮਾਂ ਨੂੰ, ਜਿਹੜਾ 20-20 ਘੰਟੇ ਡਿਊਟੀ ਕਰੇ ਉਹਨੂੰ ਤਨਖਾਹ ਨਹੀਂ ਦਿੰਦੇ, ਕਹਿੰਦੇ ਨਵਿਆਂ ਨੂੰ ਨੌਕਰੀ ਦੇਵਾਂਗੇ। ਜਿਹੜੇ ਲੋਕ ਸਰਕਾਰਾਂ 'ਚ ਬੈਠੇ ਨੇ ਸਾਧ ਸੰਗਤ ਜੀ, ਉਹ ਇਸ ਧਰਤੀ ਨੂੰ ਕਲੰਕਿਤ ਕਰਨ ਦੀ ਆ ਸਾਜਿਸ਼ਾਂ ਰਚ ਰਹੇ ਆ। ਅੱਜ ਮੈਂ ਇੱਥੇ ਆਉਂਦਿਆਂ ਮੈਂ ਆਖ ਜੀਤ ਅਖਬਾਰ ਦੀ ਖਬਰ, ਜਿੱਥੇ ਮੈਂ ਕਹਿ ਸਕਦਾ ਕਿ ਸ਼ਰਮ ਆਉਂਦੀ ਹੈ, ਔਰ ਇੱਥੇ ਆਪਦੇ ਨੁਮਾਇੰਦੇ ਨੂੰ ਵੀ ਪੁੱਛਿਓ ਕਿ ਜੇ ਤੇਰੀ ਜ਼ਮੀਰ ਮਾੜੀ ਮੋਟੀ ਵੀ ਜਾਗਦੀ ਹੈ, ਮੈਨੂੰ ਪਤਾ ਤੂੰ ਲੋਕਾਂ ਨੂੰ ਇੱਥੇ ਕਹਿੰਦਾ ਫਿਰਦਾ ਕਿ ਜੇ ਇਸ ਹਲਕੇ ਤੋਂ ਮੈਨੂੰ ਕਾਮਯਾਬੀ ਮਿਲ ਜੂ ਤੇ ਕਿਤੇ ਮੇਰਾ ਵੀ ਕਿਤੇ ਵਜ਼ੀਰੀ ਦਾ ਦਾਅ ਲੱਗ ਜੇ। ਭਾਈ ਇਹ ਜੀ ਵਜ਼ੀਰੀ ਦਾ ਕਰਾਉਣਾ ਕੀ ਹੈ? ਜੇ ਉਸ ਵਜ਼ੀਰੀ 'ਚ ਬਲਕਾਰ ਸਿੰਘ ਵਰਗੇ ਬੈਠੇ ਹੋਣ, ਜੇ ਉਸ ਵਜ਼ੀਰੀ 'ਚ ਕਟਾਰੂ ਚੱਕ ਕਰਕੇ ਬੈਠੇ ਹੋਣ। ਸਾਧ ਸੰਗਤ ਜੀ, ਇੱਥੇ ਆਉਣ ਤੋਂ ਪਹਿਲਾਂ ਮੈਂ ਇੱਕ ਟਵੀਟ ਕੀਤੀ ਆ, ਵਿੱਚ ਭਗਵੰਤ ਮਾਨ ਦੀ ਫੋਟੋ ਤੇ ਇੱਕ ਪਾਸੇ ਬਲਕਾਰ ਸਿੰਘ ਦੀ ਤੇ ਦੂਜੇ ਪਾਸੇ ਕਟਾਰੂ ਚੱਕ ਦੀ, ਤੇ ਥੱਲੇ ਮੈਂ 4 ਲਾਈਨਾਂ ਲਿਖੀਆਂ ਨੇ ਕਿ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ। ਲੋਕ ਵਜ਼ੀਰਾਂ ਕੋਲ ਜਾਂਦੇ ਨੇ, ਇਹ ਵਜ਼ੀਰ ਲੋਕਾਂ ਨੇ ਬਣਾਏ ਨੇ, ਕੋਈ ਉੱਤੋਂ ਨਹੀਂ ਡਿੱਗੇ।
ਔਰ ਜੇ ਕੋਈ ਮਾਣ ਨਾਲ ਆਪਦੀ ਮੁਸ਼ਕਲਾਤਾਂ ਲੈ ਕੇ ਵਜ਼ੀਰ ਕੋਲ ਜਾਵੇ ਔਰ ਵਜ਼ੀਰ ਅੱਗੇ ਉਸ ਧੀ ਭੈਣ ਨਾਲ ਬਦਸਲੂਕੀ ਕਰੇ, ਉਹਦੀ ਮਜਬੂਰੀ ਦਾ ਫਾਇਦਾ ਉਠਾਵੇ, ਸਾਧ ਸੰਗਤ ਜੀ ਕਿ ਤੁਸੀਂ ਮਾਫ ਕਰ ਸਕਦੇ ਹੋ ਕਿ ਨਹੀਂ ਕਰੋਗੇ ਦੱਸੋ ਮੈਨੂੰ। ਜੇ ਕੋਈ ਨੌਜਵਾਨ ਐਸੀ ਬੱਚਾ ਆਪਦੀ ਪਰਿਵਾਰਕ ਮਜਬੂਰੀ ਕਰਕੇ ਕਟਾਰੂ ਚੱਕ ਵਰਗੇ ਕੋਲ ਜਾਵੇ ਤੇ ਉਹਦੇ ਸ਼ੋਸ਼ਣ ਕਰੇ ਕਿ ਤੁਸੀਂ ਮਾਫ ਕਰੋਗੇ ਕਿ ਨਹੀਂ ਕਰੋਗੇ। ਮੇਰੇ ਵੀਰੋ ਅੱਜ ਇਸ ਧਰਤੀ ਨੇ, ਇਹ ਧਰਤੀ ਤੁਹਾਡੇ ਤੋਂ ਇਹ ਪੁਕਾਰਦੀ ਹੈ ਕਿ ਮੇਰੇ ਵੀਰੋ ਧੋਖਾ ਇੱਕ ਵਾਰੀ ਹੁੰਦਾ, ਦੂਜੀ ਵਾਰੀ ਧੋਖਾ ਨਹੀਂ, ਦੂਜੀ ਵਾਰੀ ਅਸੀਂ ਗਲਤੀ ਕਵਾਂਗੇ। ਇੱਕ ਸਮਾਂ ਆਇਆ ਬਾਈ ਚ ਜਦੋਂ ਸਾਰਿਆਂ ਨੂੰ ਬੁਖਾਰ ਚੜਿਆ ਝਾੜੂ ਦਾ ਔਰ 92 ਸੀਟਾਂ ਇਸ ਪੰਜਾਬ ਦੀ ਧਰਤੀ ਤੋਂ ਲੋਕਾਂ ਨੇ ਝਾੜੂ ਪਾਰਟੀ ਨੂੰ ਜਿਤਾਈ। ਸਮਝਦਾ ਸੀ ਉਦੋਂ ਵੀ ਗਏ ਸਾਂ ਕਿ ਇਹ ਬੜੀ ਬੇਇਨਸਾਫੀ ਹੋ ਰਹੀ ਹੈ, ਤੁਸੀਂ ਮਹਿਸੂਸ ਕਰਦੇ ਹੋ। ਮੈਂ ਹੁਣ ਜੇ ਝਾੜੂ ਲੈ ਕੇ ਆਵਾਂ ਤੇ ਮੈਂ ਕਿਸੇ ਦੇ ਗੱਲ ਚ ਪਾਉਣ ਦੀ ਕੋਸ਼ਿਸ਼ ਕਰਾਂ ਤੇ ਕੀ ਕਹੂਗਾ ਉਹ, ਪਵਾ ਲੂ ਝਾੜੂ ਗੱਲ ਚ ਪਿਆ ਕੀ ਸੋਹਣਾ ਲੱਗਦਾ ਹੈ, ਕੈਂਠਾ ਹੋਵੇ। ਗੱਲ ਚ ਪਿਆ ਹੀਰਾ ਚੰਗਾ ਲੱਗਦੇ ਆ, ਗੱਲ ਚ ਪਿਆ ਕੋਈ ਮੈਡਲ ਮਿਲਿਆ ਹੋਵੇ ਸੋਨੇ ਦਾ ਚੰਗਾ ਲੱਗਦਾ। ਇਹ ਤਾਂ ਵਿਚਾਰੇ ਲੋਕ ਕੇ ਜਿਹੜੇ ਗੱਲ ਚ ਝਾੜੂ ਪਵਾ ਕੇ ਫਿਰ ਇਸ ਤਰ੍ਹਾਂ ਫੋਟੋ ਲਵਾਉਂਦੇ। ਸਾਧ ਸੰਗਤ ਜੀ ਕੱਲ ਕਿਤੇ ਕੇਜਰੀਵਾਲ ਨਿੱਕੂ ਦਾ ਚੋਣ ਨਿਸ਼ਾਨ ਜੁੱਤੀਆਂ ਹੋ ਗਿਆ ਤੇ ਜੁੱਤੀਆਂ ਦਾ ਹਾਰ ਪਵਾ ਕੇ ਵੀ ਇਸ ਤਰ੍ਹਾਂ ਲਵਾਉਣਗੇ, ਥੋੜੀ ਅਕਲ ਵਾਲੀ ਗੱਲ। ਹਾਲਾਤ ਰੱਬ ਵੱਲੋਂ ਹੀ ਕੁਛ ਇਹੋ ਜਿਹੇ ਬਣੇ ਕਿ ਭੋਲੇ ਭਾਲੇ ਲੋਕ ਇਹੋ ਜਿਹੀਆਂ ਗੱਲਾਂ ਚ ਆ ਗਏ। ਝਾੜੂ ਨੂੰ ਤਾਂ ਲੋਕ ਘਰ ਚ ਲੁਕੇ ਕੇ ਰੱਖਦੇ, ਜੇ ਕਿਸੇ ਪੁਰਾਣੇ ਰਿਸ਼ਤੇਦਾਰ ਨੇ ਆਉਣਾ ਹੋਵੇ ਕਿ ਇਹਦੇ ਨਾਲ ਦਰਸ਼ਨ ਹੋ ਜਾਣ। ਝਾੜੂ ਹੁੰਦਾ ਫੇਰਨ ਵਾਸਤੇ, ਝਾੜੂ ਗੱਲ ਚ ਪਾਉਣ ਨੀ, ਹੁਣ ਟਕਾ ਕੇ ਫੇਰਿਓ। ਔਰ ਮੈਂ ਤੁਹਾਨੂੰ ਅੱਜ ਵਿਸ਼ਵਾਸ ਦਵਾ ਕੇ ਚੱਲਿਆ ਕਿਉਂਕਿ ਜੋ ਗੱਲਾਂ ਭੈਣ ਜੀ ਨੇ ਘਰ ਘਰ ਨੌਕਰੀ ਜੁਗਨੂੰ ਕਹਿੰਦਾ ਸੀ, ਜੁਗਨੂੰ ਦਾ ਤਾਂ ਪਤਾ ਨਾ ਕੌਣ ਹੈ, ਕੌਣ ਹੈ ਜੁਗਨੂੰ? ਹਾਂਜੀ ਅੰਤ ਭਗਵੰਤ ਮੇਰੇ ਹਲਕੇ ਚ ਆਇਆ ਸੀ 3 ਦਿਨ ਪਹਿਲਾਂ, ਕਹਿੰਦਾ ਮਜੀਠੀ ਵਾਲਿਓ ਮਿੰਤ ਹੈ ਮਿੰਤ। ਮਜੀਠੀ ਵਾਲਿਆਂ ਨੇ ਤਾਂ ਮਿੰਤ ਕਰਨ ਲਾ ਦਿੱਤਾ ਉਹਨੂੰ, ਕਹਿੰਦਾ ਦਰਖਤ ਵੀ ਪੱਤੇ ਬਦਲਦੀ ਹੈ, ਤੁਸੀਂ ਵੀ ਬਦਲੋ। ਤੇ ਮੈਂ ਕੱਲ ਗਿਆ ਉੱਥੇ, ਉਹ ਮੈਂ ਕਿਹਾ ਝੰਡਿਆ ਲੋਕੀ ਖਾਧੀ ਪੀਤੀ ਚ ਤਾਂ ਨਿਆਣਾ ਨੀ ਕਿਸੇ ਨੂੰ ਪੜਾਉਂਦੇ, ਤੂੰ ਕਹਿੰਦਾ ਮਜੀਠਾ ਫੜਾ ਦਿਓ ਤੈਨੂੰ। ਮੇਰੇ ਵੀਰੋ ਮੈਂ ਪੁਲਿਸ ਵਾਲੇ ਵੀਰਾਂ ਨੂੰ ਕਹਿੰਦਾ ਕਿ ਇਹ ਵਰਦੀ ਸਦਾ ਰਹਿਣੀ ਹੈ, ਇਹ ਵਰਦੀ ਕਿਸੇ ਸਰਕਾਰ ਦੀ ਨਹੀਂ, ਇਹ ਵਰਦੀ ਇਹਨਾਂ ਲੋਕਾਂ ਦੀ ਹੈ। ਤੇ ਜੇ ਮੋਟਰਸਾਈਕਲ ਚਲਾਉਂਦਿਆਂ ਨੂੰ ਕਿਸੇ ਨੇ ਪੈਗ ਲਾਏ ਉਹਨੂੰ ਫੜ ਕੇ ਅੰਦਰ ਦੇ ਦਿੰਦੇ ਹੋ, ਇੱਥੇ ਪੰਜਾਬ ਚਲਾਉਣ ਨੂੰ ਫਿਰਦਾ ਇਹਨੂੰ ਕਦੋਂ ਜੁਗਨੂੰ ਨੂੰ ਫੜ ਕੇ ਅੰਦਰ ਦੇਣਾ ਜੀ? ਮੇਰੇ ਵੀਰੋ ਇਹ ਕਹਿੰਦਾ ਮਜੀਠੀਏ ਨੂੰ ਕਿ ਤੇਰੇ ਤੇ ਪਰਚਾ ਦਉ। ਉਹ ਭਗਵੰਤਾ ਮੇਰੀ ਗੱਲ ਸੁਣ ਲਾ ਟਕਾ ਕੇ, ਮੈਂ 6 ਮਹੀਨੇ ਪਹਿਲਾਂ ਅੰਦਰ ਲਾ ਕੇ ਆਇਆ ਔਰ ਇਹ ਸ਼ਹੀਦਾਂ ਦੀ ਧਰਤੀ ਹੈ, ਇਹ ਜੋਰਾਵਰਾਂ ਦੀ ਧਰਤੀ ਹੈ, ਜਾਂ ਤੈਨੂੰ ਚੈਲੰਜ ਦੇ ਕੇ ਚੱਲਿਆ, ਪੁੱਠੀ ਗਿਣਤੀ ਤੇਰੀ ਸ਼ੁਰੂ ਆ, ਜਿਹੜਾ ਮਜੀਠੀਏ ਤੇ ਪਰਚਾ ਦੇਣਾ ਦੇ ਦੀ, ਜਿੱਦਣ ਮਜੀਠੇ ਦਾ ਹੱਥ ਤੇਰੀ ਗੇਚੀ ਨੂੰ ਪੈ ਗਿਆ ਨਾ, ਉਹ ਚੀਕਾ ਕਢਾਉ ਤੇਰੀਆਂ, ਉਹ ਚੀਕਾ
ਸਾਧ ਸੰਗਤ ਜੀ, ਮੇਰਾ ਉਸ ਬੰਦੇ ਨਾਲ ਕੋਈ ਲਿਹਾਜ ਨਹੀਂ ਜਿਸ ਕੈਬਨਿਟ ਦੇ ਵਜ਼ੀਰ ਕਟਾਰੂ ਚੱਕ ਤੇ ਬਲਕਾਰ ਸਿੰਘ ਵਰਗੇ ਹੋਣ। ਮੇਰਾ ਉਸ ਬੰਦੇ ਨਾਲ ਕੋਈ ਲਿਹਾਜ ਨਹੀਂ ਜਿੱਥੇ ਲਾਲਜੀਤ ਭੁੱਲਰ ਵਰਗੇ ਰਾਮਗੜੀਆ ਭਾਈਚਾਰੇ ਤੇ ਸੁਨਿਆਰੇ ਭਾਈਚਾਰੇ ਨੂੰ ਗਾਲਾਂ ਕੱਢਣ। ਮੇਰਾ ਉਸ ਕੈਬਨਿਟ ਨਾਲ, ਉਸ ਸਰਕਾਰ ਨਾਲ ਕੋਈ ਲਿਹਾਜ ਨਹੀਂ ਜਿੱਥੇ ਸਿੱਧੂ ਮੂਸੇਵਾਲੇ ਦਾ ਕਤਲ ਦਾ ਅੱਜ ਤੱਕ ਇਨਸਾਫ ਨਾ ਮਿਲਿਆ ਹੋਵੇ, ਜਿੱਥੇ ਨੰਗਲ ਅੰਬੀਆ ਵਰਗੇ ਦਾ ਕਤਲ ਹੋ ਜਾਏ, ਉਹਨਾਂ ਦੀਆਂ ਸਿਕਿਉਰਿਟੀਆਂ ਘਟਾਤੀਆਂ ਜਾਣ, ਤੇ ਇਹ ਜਿਨ੍ਹਾਂ ਨੂੰ ਆਪਦਿਆਂ ਤੋਂ ਨੀ ਖਤਰਾ, ਉਹਨਾਂ ਨੂੰ ਹਜ਼ਾਰ ਹਜ਼ਾਰ ਗਨਮੈਨ ਲਈ ਫਿਰਦੇ ਆ। ਮੇਰੇ ਵੀਰੋ, ਅੱਜ ਲੋਕ ਲਾ ਐਂਡ ਆਰਡਰ ਦੇ ਇਹ ਹਾਲਾਤ ਹੈ ਕਿ ਕੋਈ ਸੜਕ ਤੇ ਜਾ ਨਹੀਂ ਸਕਦਾ, ਅੱਜ ਲਾ ਐਂਡ ਆਰਡਰ ਦੇ ਇਹ ਹਾਲਾਤ ਹੈ ਕਿ ਕੋਈ ਚੰਗਾ ਬੰਦਾ ਕਾਰੋਬਾਰ ਕਰਦਾ ਹੋਵੇ ਉਹਨੂੰ ਸਵੇਰੇ ਫਰੌਤੀ ਦਾ ਫੋਨ ਆ ਜਾਂਦਾ ਹੈ। ਅੱਜ ਮੇਰੇ ਵੀਰੋ, ਪੰਜਾਬ 'ਚ ਲਾ ਐਂਡ ਆਰਡਰ ਦੇ ਕੋਈ ਹਾਲਾਤ ਨਹੀਂ, ਔਰ ਇਹ ਲੋਕ ਆਸ ਕਰਦੇ ਆ ਕਿ ਇਹਨਾਂ ਨੂੰ ਕਾਮਯਾਬ। ਅੱਜ ਹਿੰਦੂ ਸਿੱਖ ਏਕਤਾ ਭਾਈਚਾਰਕ ਸਾਂਝ ਨੂੰ ਜੇ ਤੁਸੀਂ ਮਜ਼ਬੂਤ ਕਰਨਾ ਸਾਧ ਸੰਗਤ ਜੀ, ਫਿਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਥ ਜ਼ਰੂਰ ਮਜ਼ਬੂਤ ਕਰਨੇ ਪੈਣੇ। ਮੈਂ ਇੱਥੇ ਆਉਂਦਾ ਆ ਪੋਸਟਰ ਇੱਕ ਲੈ ਕੇ ਆਇਆ, ਆਹ ਵੇਖੋ ਕਮਾਲ ਦੀ ਗੱਲ, ਆਹ ਪੋਸਟਰ ਇਹਦੇ 'ਚ ਮੈਂ ਪੜ੍ਹ ਕੇ ਸੁਣਾਉਂਦਾ। ਭੁੰਦੜ ਸਾਹਿਬ ਵੇਖੋ ਕੀ ਕਹਿੰਦਾ ਜੁਗਨੂੰ, ਕਹਿੰਦਾ ਸਾਡੀ ਰੱਬ ਨੇ ਡਿਊਟੀ ਲਾਈ ਆ ਬਾਦਲਾਂ ਨੂੰ ਇੱਥੋਂ ਢੋਣ ਦੀ। ਮੈਂ ਆਹੋ ਮਾਲਕ ਨੂੰ, ਕਿਸੇ ਗੁਰਸਿੱਖ ਨੂੰ ਤਾਂ ਫੋਨ ਕੀਤਾ ਨੀ, ਨਿੱਤ ਦੇ ਸ਼ਰਾਬੀ ਨੂੰ ਫੋਨ ਕਰਨਾ ਸੀ ਮਾਲਕ ਨੇ, ਤੇ ਮੈਂ ਤੇਰਾ ਤੈਨੂੰ ਆਪਦੇ ਨੀ ਫੋਨ ਕਰਦੇ ਕਿ ਇਹਦੀ ਖਾਧੀ ਪੀਤੀ ਹੋਣੀ, ਇਸ ਵੇਲੇ ਨਾ ਕਰਿਓ ਕਿਸੇ ਫੇਰ ਕਰਾਂਗੇ। ਵੇਖੋ ਇਹਨੂੰ ਕਰਨੀ ਸੀ ਫੋਨ। ਦੂਜਾ ਕਹਿੰਦਾ ਬਾਦਲ ਪਰਿਵਾਰ ਨੂੰ ਹਰਾ ਕੇ ਇਮਾਨਦਾਰ ਬੰਦੇ ਜਿਤਾਓ। ਆਹੋ ਮੈਂ ਕਿਹਾ ਉਹ ਤੁਹਾਡਾ ਕੋਟ ਪੱਤਾ ਇਮਾਨਦਾਰ ਹੀ ਆ ਜਿਹਨੂੰ ਫੜ ਕੇ ਤੂੰ ਅੰਦਰ ਦਿੱਤਾ। ਦੂਜਾ ਸਿੰਗਲਾ ਸਾਹਿਬ, ਮੈਂ ਤਾਂ ਉਹਨਾਂ ਦੀ ਕਦਰ ਕਰਦਾ ਇਸ ਗੱਲ ਤੇ, ਮੈਂ ਕਹਿੰਦਾ ਉਹਨਾਂ ਸਿੰਗਲਾ ਸਾਹਿਬ ਤੁਹਾਡੇ ਨਾਲ ਧੱਕਾ ਹੋਇਆ, ਔਰ ਮੈਂ ਕਿਉਂ ਕਹਿੰਦਾ ਧੱਕਾ ਹੋਇਆ, ਇਹ ਆਡੀਓ ਕਹਿੰਦਾ ਸਿੰਗਲਾ ਸਾਹਿਬ ਪੈਸੇ ਮੰਗਦਾ ਸੀ। ਮੈਂ ਕਿਹਾ ਸੁਣਾਓ ਕਿੱਥੇ ਆ, ਅੱਜ ਤੱਕ ਕਿਸੇ ਨੇ ਸਿੰਗਲਾ ਸਾਹਿਬ ਦੀ ਆਡੀਓ ਸੁਣਦੇ ਦਾ ਸੁਣਿਆ ਕਿਸੇ ਨੇ? ਨਹੀਂ। ਮੇਰਾ ਵੀਰ, ਜਿਹੜਾ ਸਾਰੇ ਅਗਰਵਾਲ ਭਾਈਚਾਰੇ ਨੂੰ ਜਿਸ ਬੰਦੇ ਨੇ ਅਪਮਾਨਿਤ ਕੀਤਾ ਕਰਪਟ ਕਹਿ ਕੇ, ਅੱਜ ਸਿੰਗਲਾ ਸਾਹਿਬ ਮੇਰੀ ਭਾਵੇਂ ਤੁਹਾਡੇ ਨਾਲ ਹਮਦਰਦੀ ਆ, ਮਗਰ ਤੁਹਾਡੀ ਸਰਕਾਰ ਨੇ ਤੁਹਾਡੇ ਤੇ ਪਰਚਾ ਦੇ ਕੇ ਤੁਹਾਨੂੰ ਕਰਪਟ ਦੱਸਿਆ, ਔਰ ਅੱਜ ਇਹਨਾਂ ਦੀ ਸ਼ਰਾਰਤ ਫੜੀ ਗਈ। ਆ ਇੱਕ ਫੋਟੋ ਕਿ ਸਟਾਰ ਪ੍ਰਚਾਰਕ 'ਚ ਵੋਟਾਂ ਮੰਗਣ ਵਾਸਤੇ 7 ਨੰਬਰ ਤੇ ਸਿੰਗਲਾ ਤੇ 9ਵੇਂ ਨੰਬਰ ਤੇ ਕੋਟ ਫੱਟਾ, ਤੇ ਪਹਿਲੇ ਨੰਬਰ ਤੇ ਕੌਣ? ਅਰਵਿੰਦ ਕੇਜਰੀਵਾਲ, ਜਿਹੜਾ 425 ਕਰੋੜ ਦੇ ਘਪਲੇ 'ਚ ਅੰਦਰ ਹੈ। ਫਿਰ ਕਹਿੰਦੇ ਸਾਡੀ ਇਮਾਨਦਾਰ, ਭਾਈ ਤੁਹਾਡੇ ਵਰਗੇ ਇਮਾਨਦਾਰ ਹੋ ਗਏ, ਮੈਨੂੰ ਲੱਗਦਾ ਚੋਰਾਂ ਨੂੰ ਤਾਂ ਕੰਮ ਹੀ ਨਹੀਂ ਕੋਈ ਮਿਲਣਾ। ਮੈਂ ਹੱਥ ਦੀ ਸਫਾਈ ਤਾਂ ਫਿਰ ਤੁਹਾਡੀ ਹੋ ਗਈ, ਖਾ ਪੀ ਕੇ ਫਿਰ ਸਾਡੇ ਤੋਂ ਇਮਾਨਦਾਰ ਕੋਈ ਨਹੀਂ। ਇਸ਼ਤਿਹਾਰ ਲਾਉਂਦੇ ਆ ਲੋਕ ਕਹਿਣ ਤੇ ਮੈਂ ਸਮਝ ਸਕਦਾ, ਇਸ਼ਤਿਹਾਰ ਲਾਏ ਨਾਲ ਕੋਈ ਇਮਾਨਦਾਰ ਨਹੀਂ ਬਣਦਾ। ਔਰ ਮੇਰੇ ਵੀਰੋ, ਅੱਜ ਇਹ ਆਏ ਆ ਖੁੱਡੀਆਂ ਸਾਹਿਬ, ਖੁੱਡੀਆਂ ਸਾਹਿਬ ਨੇ ਕਹੋ ਕੋਈ ਜ਼ਮੀਰ ਜਾਗਦੀ ਆ ਭਾਈ ਤੇਰੀ, ਆ ਇੱਥੋਂ ਵਾਲੇ MLA ਦੀ ਇਹ ਦਸਤਾਰ ਕਿਹਦੀ ਬਖਸ਼ਿਸ਼ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਤੁਹਾਨੂੰ ਨਹੀਂ ਗਰਮੀ ਲੱਗਦੀ? ਸਭ ਨੂੰ ਲੱਗਦੀ ਹੈ, ਮਗਰ ਬੇਸ਼ਰਮੀ ਵੇਖੋ, ਪਾਣੀ ਦੀ ਬੋਤਲ ਪਹਿਲਾਂ ਮੂੰਹ ਨੂੰ ਲਾਈ ਔਰ ਫਿਰ ਉਹ ਜੂਠਾ ਪਾਣੀ ਸਿਰ 'ਚ ਪਾ ਤਾ, ਕੀ ਇਹ ਦਸਤਾਰ ਦਾ ਸਤਿਕਾਰ? ਮੇਰੇ ਵੀਰੋ, ਦੂਜੀ ਵੀਡੀਓ
ਜਿਹੜੀ ਵਾਇਰਲ ਹੁੰਦੀ ਆ ਵਾਲੀਬਾਲ ਖੇਡਦੇ ਆ ਦਸਤਾਰ ਇੰਜ ਸੁੱਟ ਗਈ ਜਿਵੇਂ ਸਿਰ 'ਚ ਟੋਪੀ ਪਾਈ ਹੁੰਦੀ ਆ। ਔਰ ਮੇਰੇ ਵੀਰੋ ਮਾਂ ਰੱਬ ਰੂਪੀ ਹੁੰਦੀ ਆ, ਕਹਿੰਦਾ ਜਿਹੜਾ ਮਾਂ ਦਾ ਨਹੀਂ ਉਹ ਕਿਸੇ ਦਾ ਵੀ ਨਹੀਂ। ਇਹਨੇ ਆਪਦੇ ਮਾਂ ਦੀ ਸਹੁੰ ਖਾਧੀ ਸੀ ਕਿ ਨਹੀਂ ਖਾਧੀ ਜੁਗਨੂ ਨੇ ਕਿ ਮੈਂ ਸ਼ਰਾਬ ਨਹੀਂ ਪੀਊਂਗਾ। ਔਰ ਅੱਜ ਤੁਸੀਂ ਦੱਸ ਦਿਓ ਸ਼ਰਾਬ ਪੀਂਦਾ ਕਿ ਨਹੀਂ ਪੀਂਦਾ? ਮੈਨੂੰ ਲੱਗਦਾ ਜੇ ਇਹ ਸ਼ਰਾਬ ਪੀਣੀ ਛੱਡਦੇ ਤਾਂ ਠੇਕੇ ਬੰਦ ਹੋ ਜਾਣ। ਜਿਹੜਾ ਕਹਿੰਦਾ ਸੀ ਸਕੂਲ ਖੋਲਾਂਗੇ, ਕਾਲਜ ਖੋਲਾਂਗੇ, ਹਸਪਤਾਲ ਖੋਲਾਂਗੇ, ਮੈਂ ਪੁੱਛਣਾ ਚਾਹੁੰਦਾ ਸਰਦੂਲਗੜ੍ਹ ਵਾਲਿਓ ਕਿੰਨੇ ਕੁ ਖੋਲਤੇ ਤੁਹਾਡੇ ਇਲਾਕੇ 'ਚ? ਤੇ ਇਹ ਤਾਂ ਦੱਸਿਓ ਆ MLA ਬੜਾ ਨੇੜੇ ਆ ਇਹਨਾਂ ਦੇ, ਉਹਨੂੰ ਪੁੱਛਿਓ ਸ਼ਰਾਬ ਦੇ ਠੇਕੇ ਕਿੰਨੇ ਖੋਲਤੇ। ਹੁਣ ਜੁਗਨੂੰ ਤੇਰੀ ਤਾਂ ਪੜ੍ਹਾਈ ਵੀ ਠੇਕਾ, ਤੇਰਾ ਇਲਾਜ ਵੀ ਠੇਕਾ, ਤੇ ਜਿਹਨੇ ਖਾਣੀ ਪੀਣੀ ਨਹੀਂ ਉਹ ਕਿਹੜੇ ਕੋਲ ਜਾਵੇ? ਭਾਈ ਸਾਹਿਬ ਖਾਧੀ ਪੀਤੀ 'ਚ ਪੰਜਾਬ ਨਹੀਂ ਚੱਲਣਾ। ਔਰ ਅੱਜ ਲੋੜ ਹੈ ਕਿ ਇਹ ਜੇ ਲੋਕਾਂ ਨੂੰ ਅੱਜ ਸਬਕ ਸਿਖਾਉਣ ਦਾ ਮੌਕਾ ਆਇਆ। ਔਰ ਜਿਹੜਾ ਆਪਦੀ ਬੇਟੀ ਦਾ ਨਹੀਂ ਨਾ ਬਣਿਆ, ਸੀਰਤ ਕੌਰ ਦੀ ਵੀਡੀਓ ਵੇਖੀ ਆ ਉਹਦੀ ਬੇਟੀ ਦੀ, ਲਾਈਵ ਹੋ ਕੇ ਕੀ ਕਹਿੰਦੀ? ਕਹਿੰਦੀ ਮੈਨੂੰ ਸ਼ਰਮ ਆਉਂਦੀ ਇਸ ਬੰਦੇ ਨੂੰ ਆਪਦਾ ਪਿਓ ਕਹਿੰਦਾ। ਕਹਿੰਦਾ ਮੈਂ ਇਹਨੂੰ ਆਪਦੇ ਬਾਪ ਕਹਿ ਕੇ ਨੌਂ ਲੈ ਕੇ ਨਹੀਂ ਬੋਲ ਸਕਦੀ, ਤਾਂ ਨੌਂ ਲੈ ਕੇ ਬੁਲਾਊਂਗੀ, ਬਾਪ ਕਹਿ ਕੇ ਨਹੀਂ ਬੁਲਾਊਂਗੀ। ਜਿਹੜਾ ਮਾਂ ਦਾ ਨਹੀਂ, ਜਿਹੜਾ ਬੇਟੀ ਦਾ ਨਹੀਂ, ਜਿਹੜਾ ਦਸਤਾਰ ਦਾ ਸਤਿਕਾਰ ਨਾ ਕਰੇ, ਜਿਹੜਾ ਸ਼ਰਾਬ ਪੀ ਕੇ ਗੁਰੂ ਘਰ ਜਾਵੇ, ਜਿਹੜਾ ਸ਼ਰਾਬ ਪੀ ਕੇ ਦਮਦਮਾ ਸਾਹਿਬ ਜਾਵੇ। ਸਾਧ ਸੰਗਤ ਜੀ ਨੂੰ ਸ਼ਰਾਬ ਪੀਤਿਆਂ ਤੋਂ ਕਿਸੇ ਮੁੱਖ ਮੰਤਰੀ ਦੀ ਅੱਜ ਤੱਕ ਖਬਰ ਸੁਣੀ ਕਿ ਬਾਹਰਲੇ ਦੇਸ਼ਾਂ 'ਚ ਗਿਆ ਸੀ, ਜਹਾਜ਼ ਨਹੀਂ ਚੜ੍ਹਨ ਦਿੱਤਾ ਕਿਉਂਕਿ ਪੈਗ ਵੱਧ ਲਾ ਲਏ? ਇਸ ਧਰਤੀ ਨੂੰ, ਸ਼ਹੀਦਾਂ ਦੀ ਧਰਤੀ ਨੂੰ ਏਡਾ ਸ਼ਰਮਸਾਰ ਕਰ ਰਿਹਾ, ਕਿ ਇਹ ਤੁਹਾਡਾ ਕੁਛ ਲੱਗਦਾ? ਕਿ ਇਹ ਜੇ ਬੰਦੇ ਨੂੰ ਕੋਈ ਅੱਜ ਹੱਕ ਹੈ ਇੱਥੇ ਸਰਕਾਰਾਂ 'ਚ ਰਹਿਣ ਦਾ? ਅੱਜ ਨੌਜਵਾਨਾਂ ਨੂੰ ਨੌਕਰੀ ਕੋਈ ਨਹੀਂ, ਮੁਲਾਜ਼ਮਾਂ ਦੇ ਪੱਤੇ ਨਹੀਂ ਮਿਲਦੇ, ਪੁਰਾਣੀ ਪੈਨਸ਼ਨ ਨਹੀਂ ਮਿਲਦੀ। ਇਹਨਾਂ ਪੁੱਛੋ ਮੇਰੇ ਵੀਰ ਨੂੰ, ਤੂੰ ਹੱਸ ਕੀ ਵਿਖਾ ਦੀ ਜੇ ਮੈਂ ਸੱਚ ਬੋਲ ਰਿਹਾ? ਹੱਸੇ ਤੇ ਕੋਈ ਕੋਈ ਚੋਣ ਪ੍ਰਚਾਰ 'ਚ ਯੋਗਦਾਨ ਨਹੀਂ। ਆ 22 ਪਿਛਲੇ ਮਹੀਨੇ 22 ਮਈ ਨੂੰ ਇਹਨਾਂ ਨੂੰ ਤਨਖਾਹਾਂ ਪਈ, ਇਹਨਾਂ ਮੁਲਾਜ਼ਮਾਂ ਨੂੰ, ਜਿਹੜਾ 20-20 ਘੰਟੇ ਡਿਊਟੀ ਕਰੇ ਉਹਨੂੰ ਤਨਖਾਹ ਨਹੀਂ ਦਿੰਦੇ, ਕਹਿੰਦੇ ਨਵਿਆਂ ਨੂੰ ਨੌਕਰੀ ਦੇਵਾਂਗੇ। 2400 ਭੱਤਾ ਬੇਰੁਜ਼ਗਾਰੀ ਦਾ ਖਾ ਗਏ, 51,000 ਸ਼ਗਨ ਸਕੀਮ ਦਾ ਖਾ ਗਏ, ਸਾਧ ਸੰਗਤ ਜੀ 2500 ਪੈਨਸ਼ਨ ਦਾ ਖਾ ਗਏ। ਬਾਦਲ ਸਾਹਿਬ ਵੇਲੇ 30 ਕਿਲੋ ਕਣਕ ਆਉਂਦੀ ਸੀ, ਦਾਲਾਂ ਆਉਂਦੀਆਂ ਸੀ, ਆਉਂਦੀਆਂ ਸੀ ਕਿ ਨਹੀਂ ਆਉਂਦੀ ਸੀ? ਤੇ ਬਦਲਾਵ ਵਾਲੇ ਕਹਿੰਦੇ ਇਹ ਨਿੱਕੂ ਆਇਆ ਦਿੱਲੀਓਂ। ਵੈਸੇ ਤਾਂ ਕਮਾਲ ਦੀ ਗੱਲ ਹੈ, 2.5 ਫੁੱਟ ਦਾ ਬੰਦਾ ਸਾਡੇ 6 ਫੁੱਟ ਦੇ ਪੰਜਾਬੀ ਨੂੰ ਕਵੇ ਕਿ ਮੇਰੀ ਗਰੰਟੀ। ਸਾਧ ਸੰਗਤ ਜੀ ਇਹ ਦੇਸ਼ ਚੱਲਦਾ ਤੁਹਾਡੀ ਗਰੰਟੀ ਤੇ, 2.25% ਰਕਬੇ ਦੀ ਵਾਈ, 50% ਅਨਾਜ ਦੇ ਭੰਡਾਰ 'ਚ ਯੋਗਦਾਨ, 2% ਦੀ ਆਬਾਦੀ, 90% ਯੋਗਦਾਨ ਸ਼ਹੀਦੀ ਦੇ ਕੇ। ਆ ਗੁਰਤੇਜ ਸਿੰਘ ਮਾਨਸੇ ਦਾ ਮੁੰਡਾ ਸੀ, ਜਿਹੜਾ ਇੱਕ ਮੁੰਡੇ ਨੇ 5-5 ਚੀਨੇ ਲੈ ਬੈਠਿਆ ਗਲਵਾਨ 'ਚ। ਬਾਦਲ ਸਾਹਿਬ ਗੁਰੂ ਕਿਰਪਾ ਕਰੇ ਕਿ ਮੌਕਾ ਸਰਕਾਰ ਬਣਾਉਣ ਦਾ ਤੁਹਾਨੂੰ ਦੇਣ ਲੋਕ। ਅੱਜ ਮੈਂ ਅਪੀਲ ਕਰਦਾ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਵਿਡਰਾਅ ਕਰਨ ਵਾਲੇ, ਉਹਦੀ ਖਬਰ ਜਨਤਕ ਕਰਨ ਵਾਲੇ, ਸੰਦੀਪ ਨੰਗਲ ਵਾਲੀਆਂ ਲੰਬੀਆਂ ਨੂੰ ਮਰਵਾਉਣ ਵਾਲੇ, ਭਗਵੰਤ ਮਾਨ ਤੇ ਪਹਿਲਾ ਪਰਚਾ ਇਹ ਤੁਸੀਂ ਦਿਓਗੇ। ਔਰ ਜੇ ਸਹਿਮਤ ਹੋ ਛੱਡੋ ਜਕਾਰਾ, ਇਹ ਲੜਾਈ ਆਰ ਪਾਰ ਦੀ ਹੋਊ। ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦਾ, ਅੱਜ ਜੁਗਨੂ ਨੂੰ ਵੱਟੋ ਵੱਟ ਤਾਂ ਮੈਂ ਭਜਾਊ। ਜੁਗਨੂ ਆ ਤੈਨੂੰ ਕਹਿ ਕੇ ਚੱਲਿਆ, ਮੋਛਾਂ ਨੂੰ ਅੱਟ ਦੇ ਕੇ ਚੱਲਿਆ, ਲਾਲਾ ਜ਼ੋਰ ਜਿੱਥੇ ਲੱਗਦਾ ਤੇਰਾ।
ਸਰਕਾਰ ਤੇਰੀ, ਪ੍ਰਸ਼ਾਸਨ ਤੇਰਾ, ਮਗਰ ਯਾਦ ਰੱਖੀ ਜਿਸ ਦਿਨ ਮਜੀਠੇ ਨੇ ਧੱਕਿਆ ਨਾ ਫਿਰ ਲੱਭਿਆ ਤੇ ਵੀ ਨੀ ਲੱਭਣਾ ਤੂੰ। ਇਹਨੂੰ ਮੈਂ ਪਹਿਲਾਂ ਵੀ ਇੱਕ ਵਾਰੀ ਸ਼ਰਾਬ ਪੀਤੇ ਟੋਲ ਪਲਾਜੇ ਚ ਲੜ ਪਿਆ ਸੀ, ਉਦੋਂ ਮੈਂ ਛਡਾਇਆ ਸੀ। ਜੁਗ ਨੂੰ ਥੋੜਾ ਹਿੱਲ ਗਿਆ, ਇਹ ਆਪਦੇ ਆਪ ਨੂੰ ਹੰਕਾਰ ਹੀ ਹੋ ਗਿਆ। ਇਹਦੀ ਹੰਕਾਰ ਟਿਕਾਣੇ ਲਾਓ, ਆਪਦੀ ਆਵਾਜ਼ ਦਿੱਲੀ ਪਹੁੰਚਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਹੁਣ ਸਰਦਾਰ ਸੁਖਬੀਰ ਸਿੰਘ ਜੀ ਬਾਦਲ